ਸਤਿ ਸ਼੍ਰੀ ਅਕਾਲ, ਅਸਲਾਮ ਅਲੈਕਮ, ਪ੍ਰਣਾਮ ਸਭ ਨੂੰ ਜੀ। ਅੱਜ ਮੈਂ ਤੁਹਾਨੂੰ ਐਸੀ ਜਗ੍ਹਾ ਵਿਖਾਉਣ ਜਾ ਰਿਹਾ ਹਾਂ ਜਿੱਥੇ ਮੀਡੀਆ ਬਹੁਤ ਘੱਟ ਪਹੁੰਚਿਆ ਹੈ। ਇਹ ਪਿੰਡ ਹੈ ਦੌਲਤਪੁਰ, ਜਿਹੜਾ ਨਵਾਂ ਸ਼ਹਿਰ, ਔਰ ਉਸਦਾ ਸਕੂਲ ਹੈ ਬੱਬਰ ਕਰਮ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ। ਆਓ ਚੱਲਦੇ ਹਾਂ ਇਸ ਸਕੂਲ ਨੂੰ, ਵੇਖਦੇ ਹਾਂ ਕਿ ਕੀ ਸੰਬੰਧ ਹੈ ਇਤਿਹਾਸ ਨਾਲ ਇਸਦਾ। ਇਹ ਹੈ ਬੱਬਰ ਕਰਮ ਸਿੰਘ, ਆਜ਼ਾਦੀ ਦੇ ਪ੍ਰਵਾਨੀ, ਬੱਬਰ ਅਕਾਲੀ ਲਹਿਰ ਸਾਰੇ ਜਾਣਦੇ ਨੇ, ਇਤਿਹਾਸ ਵਿੱਚ ਪੜ੍ਹਿਆ ਹੋਇਆ ਹੈ। ਇਸ ਦੀ ਯਾਦ ਵਿੱਚ ਬਣਿਆ ਹੋਇਆ ਗੁਰਦੁਆਰਾ ਸਾਹਿਬ, ਔਰ ਇਹ ਇਤਿਹਾਸਕ ਖੂਹ, ਇਹ ਉਹ ਇਤਿਹਾਸਕ ਖੂਹ ਹੈ ਜਿੱਥੋਂ ਦੀ ਸੁਰੰਗ ਰਾਹੀਂ ਇੱਕ ਗੁਪਤ ਤਹਿਖਾਨੇ 'ਚ ਬਣਾਈ ਹੋਈ ਪ੍ਰਿੰਟਿੰਗ ਪ੍ਰੈਸ ਮਸ਼ੀਨ, ਜਾਣੀ ਕਿ ਅਖਬਾਰ ਦਾ ਛਾਪਾਖਾਨਾ, ਇੱਕ ਗੁਪਤ ਟਿਕਾਣੇ 'ਤੇ ਬਣਿਆ ਹੋਇਆ ਛਾਪਾਖਾਨਾ ਤੱਕ ਰਹਿ ਜਾਂਦਾ ਸੀ। ਉਹ ਗੁਪਤ ਅਖਬਾਰ ਦਾ ਨਾਂ ਸੀ ਬੱਬਰ ਅਕਾਲੀ ਦੁਆਬਾ। ਖੂਹ ਦੇ ਇਤਿਹਾਸ ਬਾਰੇ ਇਹ ਬੋਰਡ ਲੱਗਾ ਨਜ਼ਰ ਆ ਰਿਹਾ ਜੀ, ਔਰ ਇਹ ਪੁਰਾਣੀਆਂ ਇੱਟਾਂ ਦਾ ਬਣਿਆ ਹੋਇਆ ਖੂਹ, ਉਹੀ ਖੂਹ ਹੈ ਜਿੱਥੋਂ ਦੀ ਸੁਰੰਗ ਜਾਂਦੀ ਸੀ ਤਹਿਖਾਨੇ ਤੱਕ, ਉਸ ਪ੍ਰੈਸ ਤੱਕ। ਇਹ ਦੇਖੋ ਜੀ ਖੂਹ, ਜਿਹੜਾ ਕਿ ਅੰਗਰੇਜ਼ ਹਕੂਮਤ ਵੱਲੋਂ ਫੜੇ ਜਾਣ 'ਤੇ ਇਸਨੂੰ ਪੂਰ ਦਿੱਤਾ ਗਿਆ ਸੀ। ਇਹ ਯਾਦਗਾਰ ਬੱਬਰ ਕਰਮ ਸਿੰਘ ਦੀ ਬਣੀ ਹੋਈ ਹੈ। ਇਹ ਬਹੁਤ ਸ਼ਾਨਦਾਰ ਗੁਰਦੁਆਰਾ ਸਾਹਿਬ ਪਿੱਛੇ, ਔਰ ਉਸਦਾ ਜਿਹੜਾ ਸਟੈਚੂ ਲੱਗਿਆ ਹੋਇਆ, ਇਹ ਸਕੂਲ ਦਹਾਤਾ, ਕਾਫੀ ਵੱਡਾ ਸਕੂਲ। ਇਹ ਸਟੰਪ ਜਿਹੜਾ ਨਜ਼ਰ ਆ ਰਿਹਾ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਬਣਿਆ ਹੋਇਆ। ਇਹ ਹੈ ਜੀ ਉਹ ਸਕੂਲ, ਬੱਬਰ ਕਰਮ ਸਿੰਘ ਦੀ ਯਾਦ ਵਿੱਚ ਬਣਿਆ ਹੋਇਆ ਸਕੂਲ। ਬੱਬਰ ਅਕਾਲੀ ਲਹਿਰ ਬਾਰੇ ਸਾਰੇ ਜਾਣਦੇ ਹਨ ਕਿ ਕਿਵੇਂ ਕੁਛ ਗਰਮ ਖਿਆਲੀ ਸਿੰਘਾਂ ਨੇ ਰਵਾਇਤੀ ਅਕਾਲੀ ਦਲ ਨੂੰ ਹਟ ਕੇ ਇੱਕ ਨਵੀਂ ਜਥੇਬੰਦੀ ਦਾ ਐਲਾਨ ਕੀਤਾ, ਜਥੇਬੰਦੀ ਦਾ ਗਠਨ ਕੀਤਾ, ਜਿਸ ਦਾ ਨਾਂ ਰੱਖਿਆ ਚੱਕਰਵਰਤੀ ਜਥਾ, ਜੋ ਕਿ ਇਸ ਅਖਬਾਰ ਛਪਣ ਤੋਂ ਬਾਅਦ ਬੱਬਰ ਅਕਾਲੀ ਲਹਿਰ ਬਣਿਆ। ਪਾਵਖਾਨਾ ਕਿਹੜੇ ਕਿਹੜੇ ਬੱਬਰਾਂ ਨੇ ਇਸ ਲਹਿਰ ਵਿੱਚ ਹਿੱਸਾ ਲਿਆ, ਲਓ ਜੀ ਇਹ ਬੋਰਡ ਲੱਗਾ ਨਜ਼ਰ ਆ ਰਿਹਾ ਸਕੂਲ ਦੇ ਵਿੱਚ ਸ਼ਹੀਦਾਂ ਔਰ ਉਮਰ ਕੈਦ ਸਜ਼ਾ ਵਾਲਿਆਂ ਦੇ ਨਾਂ ਇਹ ਸਾਰੇ ਲਿਖੇ ਹੋਏ ਨਜ਼ਰ ਆ ਰਹੇ ਨੇ ਜੀ। ਇਹ ਉਮਰ ਕੈਦ ਹੋਈ ਸਾਰਿਆਂ ਨੂੰ। ਇਸ ਸਕੂਲ ਦੇ ਕੰਪਲੈਕਸ ਵਿੱਚ ਵਾਰ ਵਾਰ ਇਹ ਦੋ ਬੋਰਡ ਲੱਗੇ ਨਜ਼ਰ ਆ ਰਹੇ ਨੇ, ਔਰ ਵਿਚਕਾਰ ਕਰਮ ਸਿੰਘ ਦੌਲਤਪੁਰ ਦੀ ਤਸਵੀਰ, ਬਹੁਤ ਖੂਬਸੂਰਤ ਸਕੂਲ ਔਰ ਗੁਰਦੁਆਰਾ ਸਾਹਿਬ। ਉਸ ਸਮੇਂ ਦੇ ਚੀਫ ਐਡੀਟਰ ਬੱਬਰ ਅਕਾਲੀ ਦੁਆਬਾ ਹਫ਼ਤਾਵਾਰ ਅਖਬਾਰ, ਇਹ ਲਿਖਿਆ ਨਜ਼ਰ ਆ ਰਿਹਾ ਜੀ। ਔਰ ਇਹ ਸਾਹਮਣੇ ਬਣਿਆ ਹੋਇਆ ਗੁਰਦੁਆਰਾ ਸਾਹਿਬ, ਔਰ ਇਹ ਉਸ ਮਹਾਨ ਸਬੂਤ ਦਾ ਬਣਿਆ ਹੋਇਆ ਬੁੱਤ, ਦਰਬਾਰ ਸਾਹਿਬ ਮਾਈ ਭਾਗੋਹਾਲ, ਇਹਦੇ ਥੱਲੇ ਹੈ ਉਹ ਬੇਸਮੈਂਟ। ਆਓ ਚੱਲਦੇ ਹਾਂ ਬੇਸਮੈਂਟ ਦੇ ਅੰਦਰ ਅਤੇ ਵੇਖਦੇ ਹਾਂ ਉਹ ਥਾਂ ਜਿੱਥੇ ਹੁੰਦੀ ਸੀ ਪ੍ਰਿੰਟਿੰਗ ਪ੍ਰੈਸ ਮਸ਼ੀਨ, ਜਿੱਥੇ ਛਪਦਾ ਸੀ ਖਾੜਕੂ ਅਖਬਾਰ, ਜਿਸ ਵਿੱਚ ਜੋਸ਼ੀਲੀਆਂ ਕਵਿਤਾਵਾਂ, ਗੁਰਬਾਣੀ ਦੀਆਂ ਤੁੱਕਾਂ ਔਰ ਖਾੜਕੂ ਲੇਖ ਛਪਦੇ ਸਨ।
ਤੁਸੀਂ ਵੇਖ ਰਹੇ ਹੋ ਬੱਬਰ ਕਰਮ ਸਿੰਘ ਦੌਲਤਪੁਰ ਦੀ ਯਾਦ ਵਿੱਚ ਬਣਿਆ ਹੋਇਆ ਗੁਰਦੁਆਰਾ ਸਾਹਿਬ ਉਸਦਾ ਬੁੱਤ ਸਕੂਲ ਐਸਾ ਮਣੀ ਸਕੂਲ ਨਜ਼ਰ ਆ ਰਿਹਾ ਹੈ ਜੀ ਆਓ ਤੁਹਾਨੂੰ ਵਿਖਾਵਾਂਗੇ ਗੁਪਤ ਤਹਿਖਾਨੇ ਵਿੱਚ ਬਣੀ ਹੋਈ ਉਡਾਰੂ ਪ੍ਰੈਸ ਇਹ ਰਸਤਾ ਜਾ ਰਿਹਾ ਹੈ ਜੀ ਆਓ ਚੱਲਦੇ ਹਾਂ ਵੇਖਦੇ ਹਾਂ ਉਹਨਾਂ ਆਜ਼ਾਦੀ ਅਤੇ ਕੁਰਬਾਨੀਆਂ ਦੁਆਰਾ ਸੰਘਰਸ਼ ਨੂੰ ਅੱਗੇ ਲਿਜਾਣ ਵਾਸਤੇ ਬਣਾਈ ਹੋਈ ਪ੍ਰਿੰਟਿੰਗ ਪ੍ਰੈਸ ਵਾਲਾ ਥਾਂ ਇੱਥੇ ਵੀ ਸਾਹਮਣੇ ਇੱਕ ਬੋਰਡ ਲੱਗਾ ਨਜ਼ਰ ਆ ਰਿਹਾ ਜਿਹਦੇ ਵਿੱਚ ਉਹਨਾਂ ਯੋਧਿਆਂ ਦੇ ਨਾਮ ਉੱਕਰੇ ਹੋਏ ਹਨ ਜਿਨ੍ਹਾਂ ਨੇ ਇਸ ਲਹਿਰ ਵਿੱਚ ਹਿੱਸਾ ਪਾਇਆ ਔਰ ਇਹ ਹੈ ਜੀ ਉਹ ਤਹਿਖਾਨਾ ਬੇਸਮੈਂਟ ਜਿੱਥੇ ਚੱਲਦੀ ਹੁੰਦੀ ਸੀ ਉਹ ਡਾਰੂ ਪ੍ਰੈਸ ਔਰ ਇਹ ਸ਼ਹੀਦਾਂ ਦੇ ਚਿੱਤਰ ਲੱਗੇ ਹੋਏ ਹਨ ਅੱਜ ਕੱਲ੍ਹ ਇਹ ਪ੍ਰੈਸ ਵਾਲਾ ਥਾਂ ਇੱਕ ਸ਼ਹੀਦ ਗੈਲਰੀ ਬਣੀ ਨਜ਼ਰ ਆ ਰਹੀ ਹੈ ਸ਼ਹੀਦਾਂ ਦੇ ਚਿੱਤਰ ਲੱਗੇ ਹੋਏ ਹਨ ਉਸ ਸਮੇਂ ਦੀਆਂ ਕੁਛ ਵਸਤਾਂ ਕਿਤਾਬਾਂ ਕੁਛ ਹਥਿਆਰ ਰੱਖੇ ਨਜ਼ਰ ਆ ਰਹੇ ਨੇ ਜੀ ਹੈ ਉਹ ਸਮਾਨ ਪੁਰਾਣਾ ਇੱਥੇ ਹੁੰਦੀ ਸੀ ਉਹ ਉਡਾਰੂ ਪ੍ਰੈਸ ਔਰ ਇੱਥੇ ਚੱਲਦੀ ਹੁੰਦੀ ਸੀ ਮੀਟਿੰਗ ਗੁਪਤ ਬੈਠਕ ਵੀ ਇੱਥੇ ਹੁੰਦੀ ਸੀ ਉਹਨਾਂ ਖੜਕੂ ਯੋਧਿਆਂ ਦੀ ਆਜ਼ਾਦੀ ਤੋਂ ਪ੍ਰਵਾਨ ਦੀ ਔਰ ਇੱਥੇ ਹੁੰਦੀ ਸੀ ਗੱਡੀ ਹੋਈ ਉਹ ਪ੍ਰਿੰਟਿੰਗ ਪ੍ਰੈਸ ਮਸ਼ੀਨ ਹੈ ਜਿਹੜੀ ਜਗ੍ਹਾ ਨਜ਼ਰ ਆ ਰਹੀ ਹੈ ਬੱਬਰ ਅਕਾਲੀ ਲਹਿਰ ਕੁਝ ਹੀ ਵਰੇ ਚੱਲੀ ਸੀ 1921 ਤੋਂ 1926 ਤੱਕ 1926 ਆਉਂਦੇ ਆਉਂਦੇ ਇਹ ਲਹਿਰ ਖਤਮ ਹੋ ਗਈ ਔਰ ਇਸ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਔਰ ਅਖਬਾਰ ਦੇ ਐਡੀਟਰ ਕਰਮ ਸਿੰਘ ਦੌਲਤਪੁਰ ਵੀ 1 ਸਤੰਬਰ 1923 ਨੂੰ ਆਪਣੇ 3 ਸਾਥੀਆਂ ਉਦੇ ਸਿੰਘ ਰਾਮਗੜ੍ਹ ਚੁੰਗੀਆਂ ਮਹਿੰਦਰ ਸਿੰਘ ਪੰਡੋਈ ਅਤੇ ਗੰਗਾ ਸਿੰਘ ਦੇ ਨਾਲ ਪਿੰਡ ਬਬੇਲੀ ਜ਼ਿਲ੍ਹਾ ਜਲੰਧਰ ਵਿਖੇ ਇੱਕ ਬਹੁਤ ਹੀ ਇਤਿਹਾਸਿਕ ਪੁਲਿਸ ਮੁਕਾਬਲੇ ਵਿੱਚ ਸ਼ਹਾਦਤ ਦਾ ਜਾਮ ਪੀ ਗਏ ਸਨ ਸਕੂਲ ਝੂਲਦਾ ਹੋਇਆ ਨਿਸ਼ਾਨ ਸਾਹਿਬ ਔਰ ਗੁਰਦੁਆਰਾ ਸਾਹਿਬ ਇਹ ਹੈ ਮਾਈ ਭਾਗੋ ਦਰਬਾਰ ਹਾਲ ਔਰ ਗੁਰਦੁਆਰਾ ਸਾਹਿਬ ਇਹ ਉਹਦਾ ਅੰਦਰਲਾ ਦ੍ਰਿਸ਼
प्रभु दर्शन जी गुरु ग्रंथ साहब विराजमान ने बब्बर करम सिंह की यादगार विच बनिया हुआ है एक स्टेडियम नज़र आ रहा उत्ते लिखे हुआ और फुटबॉल मैच चल रहे हैं बच्चों विच बब्बर करम सिंह यादगारी स्टेडियम।